ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ? ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ। ਮੇਰੀ 2000 ਯੂਟਿਊਬ ਫੈਮਿਲੀ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੀ। ਸ਼ਿਵਜੋਤ ਭਾਅ ਜੀ ਨੇ ਕੰਗਣਾ ਲਿਆਂਦਾ ਭਾਬੀ ਲਈ, ਤਾਂ ਸੁਣੋ ਕੀ ਕਿਹਾ ਜਾ ਰਿਹਾ ਗਾਣੇ, ਸਾਨੂੰ ਸੱਚ ਦੱਸੀਏ। ਗੋਰੀਆ ਬਾਹਾਂ ਵਿੱਚ ਪਾ ਲੈ ਸੋਹਣੀਏ, ਗੱਭਰੂ ਬਣਾਈ ਫਿਰ ਤੇਰੇ ਲਈ ਕੰਗਣਾ, ਅੱਖਾਂ ਨਾਲ ਅੱਖਾਂ ਜਦੋਂ ਖੈਰ ਬਿਲੋ, ਮਿੱਤਰਾਂ ਦਾ ਨੇੜੇ ਜਦੋਂ ਰਹਿਣ ਲੱਗ ਪਈ, ਉਦੋਂ ਸਾਰੀ ਉਮਰ ਸਾਡੀ ਹੋ ਜਾਵੇਗੀ, ਜਦੋਂ ਸ਼ਿਵ ਸੋਣ ਸ਼ਿਵ ਜੋਤ ਕਹਿਣ ਲੱਗ ਪਈ। ਤਾਂ ਦੋਸਤੋ, ਪਹਿਲੇ ਟਿੱਪੇ ਵਿੱਚ ਸਾਫ਼ ਸਾਫ਼ ਇੱਕੋ ਗੱਲ ਕਹੀ ਗਈ ਆ, ਕਹਿੰਦੇ ਮੇਰੀ ਜ਼ਿੰਦਗੀ ਉਦੋਂ ਸਫਲ ਹੋ ਜੂਗੀ ਜਦੋਂ ਸ਼ਿਵ ਜੋਤ ਕਹਿਣ ਲੱਗ ਪਈ, ਜਦੋਂ ਸਾਰਗਰ ਦਾ ਨਾਮ ਸ਼ਿਵਜੋਤ ਕਹਿਣ ਲੱਗ ਪਈ, ਠੀਕ ਹੈ ਜੀ। ਕਹਿੰਦੇ ਗੋਰੀਆ ਬਾਹਾਂ ਵਿੱਚ ਪਾਲਾ ਕੰਗਣਾ, ਜਿਹੜਾ ਮੈਂ ਸੁਣਿਆ ਦੁਕਾਨ ਤੋਂ ਤੇਲੀ ਚਾਂਦੀ ਦੇ ਕੰਗਣੇ ਬਣਵਾ ਕੇ ਲੈ ਕੇ ਆਇਆ ਰੁਪਈਏ 7,500 ਦੇ, ਅਤੇ ਉੱਤੋਂ ਕਿਹਾ ਜਾ ਰਿਹਾ ਅੱਖਾਂ ਵਿੱਚ ਅੱਖਾਂ ਖਹਿਣ ਲੱਗ ਪਈਆਂ, ਠੀਕ ਹੈ ਜੀ। ਫਿਰ ਕਹਿੰਦੇ ਨੇ ਮਿੱਤਰਾਂ ਦੇ ਜਦੋਂ ਨੇੜੇ ਨੇੜੇ ਰਹਿਣ ਲੱਗ ਪਈ, ਤੁਹਾਨੂੰ ਯਾਦ ਆ ਜੀ ਸਾਨੂੰ ਭੁਲੇਖੇ ਪੈਣੇ ਕਿ ਮੇਰੇ ਪਿੱਛੇ ਮੇਰੇ ਅੱਗੇ ਮੇਰੇ ਇੱਦਾਂ ਜ਼ਿਆਦਾ ਨਹੀਂ ਫੋਨ ਕਰਨਾ, ਸਾਡੀ ਜ਼ਿੰਦਗੀ ਵਧੀਆ ਬਣ ਜਾਣੀ ਆ ਜਦੋਂ ਤੂੰ ਸ਼ਿਵਜੋ ਕਹਿਣ ਲੱਗ ਪਈ। ਗੱਲ ਕੁਛ ਨਹੀਂ ਹੈਗੀ, ਨਾਲ ਸੁਣਦੇ ਤੁਸੀਂ ਦੂਜਾ ਟੱਪਾ ਸੁਣ ਲਓ। ਕਦੋਂ ਬੈਠੇਂਗੀ ਤੂੰ ਜੁੱਤੀ ਹੁਣ ਚਾੜ ਕੇ, ਬੁੱਲੇ ਬੁੱਲੇ ਸੂਹਾਂ ਵਾਲੀਏ, ਸੂਹੇ ਸੂਹੇ ਰੰਗ ਵਾਲੀਏ, ਤੇਰੀ ਮਿੱਠੀ ਮਿੱਠੀ ਸੰਗ ਸਾਨੂੰ ਮਾਰਦੀ, ਨੀ ਜ਼ਿੰਦਗੀ ਸਫਲ ਹੋ ਜੂਗੀ ਜਦੋਂ ਸ਼ਿਵ ਜੋਤ ਜਾਪਦੀ। ਦੋਸਤੋ, ਦੂਜੇ ਟੱਪੇ ਵਿੱਚ ਇੱਕੋ ਗੱਲ ਕਹੀ ਗਈ ਆ, ਕਹਿੰਦੇ ਮੁੱਖ 'ਤੇ ਸਮਾਈ ਰੱਖਦੀ ਆ, ਕਈ ਮੁੰਡਿਆਂ ਨੂੰ ਤੂੰ ਸੂਲੀ ਚਾੜਿਆ ਹੋਇਆ ਆ, ਕੈਡੀਲੈਕ ਗੱਡੀ ਹੈਗੀ ਆ, $3,00,000 ਦੀ ਹੈਗੀ ਆ, ਅਤੇ ਬੈਠਣਾ ਕਦੋਂ ਤੂੰ ਜੁੱਤੀ ਝਾੜ ਕੇ ਆ, ਸੂਹੇ ਰੰਗ ਵਾਲੀ ਹੈ, ਗੋਰੇ ਗੋਰੇ ਰੰਗ ਵਾਲੀ ਹੈ, ਤੇਰੀ ਮਿੱਠੀ ਮਿੱਠੀ ਮੈਨੂੰ ਸਮਾਈਲ ਮਾਰ ਦੀ, ਅਤੇ ਜਦ ਸਾਡੀ ਜ਼ਿੰਦਗੀ ਸਫਲ ਹੋ ਜੂਗੀ, ਜੇ ਸ਼ਿਵਜੋ ਰੱਖੇਂਗੀ, ਅਤੇ ਕੰਗਣਾ ਮੈਂ ਤੇਰੇ ਲਈ ਬਣਾਇਆ ਆ, ਹੁਣ ਗੋਰੀ ਗੋਰੀ ਬਾਹਾਂ 'ਚ ਪਾ ਲੈ। ਅਤੇ ਬਾਕੀ ਚੈਨਲ 'ਤੇ ਜੇ ਨਵੇਂ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਦੇ ਬੈਲ ਆਈਕਨ ਕਾਰਨ ਮਿਲਦੀ ਅਗਲੀ ਵੀਡੀਓ 'ਚ।